ਜਿੰਨ ਦੀ ਜਾਨ ਕਹਿੰਦੇ ਤੋਤੇ ਚਾ, ਤੇ ਜੇ ਜਿੰਨ ਸੁਖਵੀਰ ਸਿੰਘ ਬਾਦਲ ਹੋਵੇ ਤਾਂ ਫਿਰ ਤੋਤਾ ਕੌਣ ਹੋਇਆ? ਇਹ ਗੱਲ ਤੁਸੀਂ ਕਮੈਂਟ ਬਾਕਸ 'ਚ ਦੱਸੋ। ਤੇ ਉਸ ਤੋਤੇ ਦਾ ਬਚਨਾ ਸੁਖਵੀਰ ਬਾਦਲ ਵਾਸਤੇ ਜ਼ਿਆਦਾ ਜ਼ਰੂਰੀ ਨਹੀਂ, ਸਾਡੇ ਵਾਸਤੇ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ। ਇਸੇ ਕਰਕੇ ਸੁਖਵੀਰ ਸਿੰਘ ਬਾਦਲ ਜੀ ਤੁਹਾਨੂੰ ਮਤ ਨਹੀਂ, ਸਲਾਹ ਗੀ, ਕਿਉਂਕਿ ਮਤ ਦੇਣ ਵਾਲੇ ਤੁਹਾਡੇ ਕੋਲੇ ਬੜੇ ਟੋਨੀ ਬੰਟੀ ਅਰਗੇ ਬੈਠੇ ਆ। ਬਾਕੀ ਤੁਹਾਡੇ ਕੋਲੇ ਬਾਹਰ ਦੀਆਂ ਮੈਨੇਜਮੈਂਟ ਦੀਆਂ ਡਿਗਰੀਆਂ ਵੀ ਹੈਗੀਆਂ ਨੇ, ਪਰ ਜਿਹੜਾ ਹੁਣ ਤੁਹਾਡਾ ਇਮਤਿਹਾਨ ਆ ਨਾ, ਇਹ 'ਚ ਡਿਗਰੀਆਂ ਕੰਮ ਨਹੀਂ ਆਉਣਾ, ਇਹਦੇ 'ਚ ਕੁਰਬਾਨੀ ਕਰਨੀ ਪੈਣੀ ਆ। 4 ਮਹੀਨੇ ਬਚੇ ਨੇ ਤੁਹਾਡੇ ਕੋਲੇ, ਤੇ 4 ਮਹੀਨਿਆਂ 'ਚ ਉਸ ਤੋਤੇ ਨੂੰ ਬਚਾ ਲਓ ਜੇ ਬਚਾਈਦਾ। ਤੇ ਉਸ ਤੋਤੇ ਦੇ ਖੰਭ ਪਹਿਲਾਂ ਵੀ ਤੁਹਾਡੇ ਆਪਣਿਆਂ ਨੇ ਪੱਟੇ ਆ, ਇਸੇ ਕਰਕੇ ਕਿਹਾ ਜਾਂਦਾ ਵੀ ਆਪਣਿਆਂ ਤੋਂ ਬਚੋ। ਤੇ ਉਸ ਤੋਤੇ ਦਾ ਨਾਂ ਕੀ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵੈਸੇ ਤਾਂ SGPC ਸਾਂਭ ਸੰਭਾਲ ਵਾਸਤੇ ਬਣੀ ਸੀ ਗੁਰੂ ਘਰਾਂ ਦੇ, ਉਹਦੇ ਗੋਲਕਾਂ ਦੀ ਸਾਂਭ ਸੰਭਾਲ ਕਰਨੀ ਸੀ ਤੇ ਬੇਅਦਬੀਆਂ ਰੋਕਣੀਆਂ ਸੀ, ਪਰ ਤੁਸੀਂ ਉਹਨਾਂ ਦੀਆਂ ਗੋਲਕਾਂ ਲੁੱਟੀਆਂ ਨੇ ਤੇ ਉਹਨਾਂ ਬੇਅਦਬੀਆਂ ਕਰਕੇ ਅੱਜ ਲੋਕਾਂ ਦੇ ਕਟਹਿਰੇ 'ਚ ਖੜੇ ਹੋ। ਤੇ ਤੁਹਾਡੇ ਆਪਣਿਆਂ ਨੇ ਪਹਿਲਾਂ ਖੰਭ ਪੱਟਿਆ, ਤੁਹਾਡੇ ਆਪਣੇ ਕਿਹੜੇ? BJP ਵਾਲੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਇਹ ਖੰਭ ਪੱਟੇ ਗਏ, ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਲਓ, ਤੇ ਫਿਰ ਹਜ਼ੂਰ ਸਾਹਿਬ ਦੇ ਬੋਰਡ ਦੇ ਉੱਤੇ ਗੈਰ ਸਿੱਖਾਂ ਦਾ ਕੰਟਰੋਲ ਲਾ ਲਓ। ਇਹ ਸਾਰਾ ਕੁਝ ਤੁਹਾਡੇ ਆਪਣਿਆਂ ਨੇ ਕੀਤਾ, BJP ਵਾਲਿਆਂ ਨੇ। ਤੇ ਸੁਖਵੀਰ ਬਾਦਲ ਸਿੰਘ ਕਰਨਾ ਕੀ ਆ? ਇਕੱਲਾ ਦਿੱਲੀ ਕੰਨੀ ਉਹ ਮੂੰਹ ਘੁਮਾ ਕੇ ਨਾ ਅਕਾਲ ਤਖ਼ਤ ਕੰਨੀ ਕਰਨਾ, ਸਭ ਤੋਂ ਪਹਿਲਾਂ ਤਾਂ ਫਖਰੇ ਕੌਮ ਦਾ ਜਿਹੜਾ ਅਵਾਰਡ ਆ ਉਹ ਵਾਪਸ ਕਰੀ ਅਕਾਲ ਤਖ਼ਤ 'ਤੇ ਜਾ ਕੇ, ਕਿਉਂਕਿ ਨਿਰੰਕਾਰੀ ਕਾਂਡ ਹੋ ਗਿਆ ਭਨਿਆਰਾਂ ਵਾਲੇ ਦੀ, ਮੱਕ ਜਿਹੜੀ ਬੇਅਦਬੀ ਕੀਤੀ ਗੁਰੂ ਸਾਹਿਬ ਦੀ, ਉਦੋਂ ਬਾਅਦ ਸਰਸਾ ਸਾਧ ਨੇ ਸਵਾਂਗ ਧਾਰਿਆ, ਫਿਰ ਗੁਰੂਆਂ ਸਾਹਿਬ ਦੀ ਬੇਅਦਬੀ ਹੋਈ, ਐਵਲ ਤੇ ਬਗਰਾੜੀ ਕਾਂਡ ਵਾਪਰੇ, ਕੌਂਕੇ ਸਾਹਿਬ ਦਾ ਮੱਕ ਕਤਲ ਹੁੰਦਾ, ਉਹਦਾ ਇਨਸਾਫ ਰੋਲਿਆ ਗਿਆ, ਤੇ ਰੀਕੌਂਸੀਲੇਸ਼ਨ ਕਮਿਸ਼ਨ ਦੇ ਨਾਂ ਦੇ ਉੱਤੇ ਸਰਕਾਰ ਬਣਾ ਕੇ ਤੁਸੀਂ ਸਿੱਖਾਂ ਦੀਆਂ ਕੁਰਬਾਨੀਆਂ ਰੋਲੀਆਂ, ਤਾਂ ਫਿਰ ਫਖਰੇ ਕੌਮ ਅਵਾਰਡ ਵਾਪਸ ਕਰਨਾ ਬਣਦਾ, ਕਿਉਂਕਿ ਸਾਰਾ ਕੁਝ ਤੁਹਾਡੇ ਰਾਜ ਦੇ ਵਿੱਚ ਵਾਪਰਿਆ। 4 ਮਹੀਨੇ ਰਹਿ ਗਏ ਨਵੰਬਰ ਦੇ ਵਿੱਚ ਸੱਤਾ ਬਦਲੀ ਜਾਣੀ ਆ, ਤੇ ਤੇਰੇ ਆਪਣੇ ਜਿਹੜੇ ਅੱਜ ਕੀ ਆ ਤੈਥੋਂ ਖਫਾ ਹੋਏ ਬੈਠੇ ਆ, ਮੈਂ ਉਹਨਾਂ ਨੂੰ ਲੱਕੜ ਬੱਗੇ ਕਹਿਣਾ, ਉਹ ਅਲੀ ਬਾਬੇ ਦੇ 40 ਚੋਰ ਨੇ, ਅਲੀ ਬਾਬਾ ਤੂੰ ਆ, ਪਰ ਤੂੰ ਹੁਣ ਲੁੱਟ ਕੇ ਉਹਨਾਂ ਦਾ ਢਿੱਡ ਭਰਨ ਜੋਗਾ ਨਹੀਂ ਰਿਹਾ, ਕਿਉਂਕਿ ਕੁਰਸੀ ਤੇਰੇ ਕੋਲੇ ਨਹੀਂ ਰਹੀ। ਇਹ ਉਹ ਲੱਕੜ ਬੱਗੇ ਨੇ ਜਿਹੜਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਜਦੋਂ ਕੀ ਆ ਰੱਜ ਲੈਂਦਾ, ਤੇ ਮਗਰੋਂ ਫਿਰ ਇਹ ਹੱਡ ਚੂੰਡਦੇ ਆ, ਇਹ ਸਾਰੇ ਲੱਕੜ ਬੱਗੇ ਉਹ ਸੀ। ਇਹ 40 ਚੋਰ ਵਧੀਆ ਹੋ ਗਿਆ, ਨਿਖੜ ਕੇ ਕੀ ਆ ਪਹਿਲਾਂ ਅੱਡ ਮਾਫੀ ਮੰਗਿਆ, ਪਰ ਕੌਮ ਨੇ ਇਹਨਾਂ ਦੀ ਮਾਫੀ ਨੂੰ ਨਕਾਰਤਾ। ਸੰਤਾਂ ਨੇ ਕਿਹਾ ਸੀ ਕਿ ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰਨਾ ਮੌਤ ਆ, ਆਪਦੀ ਜ਼ਮੀਰ ਨਾ ਮਰਨ ਦੇ, ਇੱਕ ਕੰਮ ਕਰ ਲਾ, ਨਿਮਾਣਾ ਸਿੱਖ ਬਣ ਕੇ ਨਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਜ਼ਾਦ ਕਰ ਦੇ। ਹੁਣ ਇਕੱਲਾ ਅਕਾਲ ਤਖ਼ਤ ਦਾ ਜਥੇਦਾਰ ਆ ਜਿਹੜਾ ਸਾਡੀ ਕੌਮ ਨੂੰ ਬਚਾ ਸਕਦਾ। ਸਰਦਾਰ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖ਼ਤ ਦੇ ਅਤੇ ਅੱਜ ਕੱਲ੍ਹ ਦਮਦਮਾ ਸਾਹਿਬ ਜਥੇਦਾਰ ਨੇ, ਉਹਨਾਂ ਨੇ ਪਿਛਲੇ ਸਾਲ ਹੀ ਕਹਿਤਾ ਸੀ ਕਿ ਕੇਂਦਰ ਥੋੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਹੋਏ, ਆਪਦਿਆਂ ਨੂੰ ਆਵਾਜ਼ ਮਾਰ ਲਓ, ਅੱਜ ਲੋੜ ਆ ਆਪਦਿਆਂ ਨੂੰ ਆਵਾਜ਼ ਮਾਰਨ ਦੀ, ਅਤੇ ਆਵਾਜ਼ ਮਾਰੇ ਅਕਾਲ ਤਖ਼ਤ ਦਾ ਜਥੇਦਾਰ ਅਕਾਲ ਤਖ਼ਤ 'ਤੇ ਖੜ ਕੇ, ਅਤੇ ਪੰਚ ਪ੍ਰਧਾਨੀ ਮੂਹਰੇ ਲਾਵੇ, ਅਤੇ ਉਹ ਆਵਾਜ਼ ਦੇ ਕੇ ਪੰਚ ਪ੍ਰਧਾਨੀ ਦੀ ਪ੍ਰਧਾਨਗੀ ਦੇ ਵਿੱਚ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣੇ, ਇੱਕ ਯੂਥ ਦਲ ਬਣੇ, ਇੱਕ ਸਟੂਡੈਂਟ ਫੈਡਰੇਸ਼ਨ ਬਣੇ, ਜਿਹੜੀ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ। ਕਿਸੇ ਰਾਈਟਰ ਨੇ ਕਿਹਾ ਕਿ ਜਾਵੇਂਗਾ ਦੂਰ ਜਦੋਂ ਤੂੰ ਆਪਣੀਆਂ ਜੜ੍ਹਾਂ ਤੋਂ, ਤਾਂ ਮਾਰੇਗਾ ਆਵਾਜ਼ ਫਿਰ ਤੂੰ ਆਪਣੀਆਂ ਜੜ੍ਹਾਂ ਨੂੰ, ਮਿਲੂਗਾ ਹੰਗਾਰਾ ਜੇ ਤੈਨੂੰ ਆਖਿਰ ਤਾਂ ਮਿਲੂਗਾ ਆਪਣੀਆਂ ਜੜ੍ਹਾਂ ਤੋਂ। ਅੱਜ ਤਾਂ ਹੀ ਫਿਰ ਪੰਥ ਕੰਨੀ ਮੁੜ ਕੇ ਆਇਆ, ਅਤੇ ਪੰਥ ਨੂੰ ਤਿਲਾਂਜਲੀ ਤੁਸੀਂ ਆਪ ਦਿੱਤੀ ਸੀ, ਅਤੇ ਪੰਜਾਬ ਦੀ ਪਾਰਟੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ। ਇਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੀਹਾਂ ਦੇ ਵਿੱਚ ਨਾ ਸਿੱਖਾਂ ਦੇ ਸਿਰ ਲੱਗੇ ਆ, ਅਤੇ ਸੁਖਵੀਰ ਬਾਦਲ ਸਿੰਘ ਤੂੰ ਬਚਾ ਸਕਦਾ, ਤੇਰੇ ਕੋਲੇ 4 ਮਹੀਨੇ ਆ,
ਨਹੀਂ ਫਿਰ ਇਹਦੇ ਤੇ ਕਾਬਜ਼ ਵੀ ਉਹਨਾਂ ਤਾਕਤਾਂ ਨੇ ਹੋ ਜਾਣਾ ਜਿਨ੍ਹਾਂ ਨੇ ਪਹਿਲਾਂ ਵੀ ਤੈਨੂੰ ਵੀ ਖਤਮ ਕੀਤਾ ਤੇ ਸਿੱਖੀ ਸਪਿਰਿਟ ਨੂੰ ਵੀ ਕੀ ਆ ਰੋਲਿਆ, ਤੇ ਸਾਰੀ ਕੌਮ ਨੂੰ ਇਕੱਠੀ ਕਰਕੇ ਪੁਰਾਣੇ ਅਕਾਲੀ ਦਲ ਵਾਂਗੂ ਮੋਰਚਾ ਲੱਗ ਜੇ ਕਾਹਦੇ ਵਾਸਤੇ, ਗੁਰੂ ਦੀਆਂ ਬੇਅਦਬੀਆਂ ਦੇ ਖਿਲਾਫ਼, ਤੇ ਇਕੱਲੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ, ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਜੇ ਬੇਅਦਬੀ ਹੁੰਦੀ ਆ ਤਾਂ ਉਹਦੇ ਖਿਲਾਫ਼ ਕਤਲ ਦਾ ਮੁਕੱਦਮਾ, ਅਸੀਂ ਤਾਂ ਵੈਸੇ ਹੀ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ ਉਹਨੂੰ, ਅਤੇ ਉਹਦੇ ਅੰਗ ਭੰਗ ਕਰਨ 'ਤੇ ਵੀ ਘੱਟ ਤੋਂ ਘੱਟ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੋਵੇ। ਇਹ ਕਾਨੂੰਨ ਬਣਾਉਣ ਖਾਤਰ ਲੜਾਈ ਲੜਨੀ ਪੈਣੀ ਆ ਸਮੁੱਚੇ ਪੰਥ ਨੂੰ, ਅਤੇ ਦੂਜਾ ਉਹਦੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੰਬਲਾ ਮਾਰ ਕੇ ਰਲ ਕੇ। ਸ਼੍ਰੋਮਣੀ ਅਕਾਲੀ ਦਲ ਤਾਂ ਭੋਗ ਪਾ ਤਾਗ ਲਿਆ ਨੇ, ਅਤੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗਣਾ ਪੈ ਜੇ। ਮੰਗਲਾ ਸੁਖਵੀਰ ਸਿਆ ਮਾਫ਼ੀ ਜਾ ਕੇ ਜਿਹੜੇ ਸੱਚੇ ਸੌਦੇ ਵਰਗਿਆਂ ਨਾਲ ਝੂਠੇ ਸੌਦੇ ਕੀਤੇ ਆ ਨਾ, ਨਿਮਾਣਾ ਸਿੱਖ ਬਣ ਕੇ ਉਹਨਾਂ ਦੀ ਮਾਫ਼ੀ ਮੰਗ ਲੈ, ਅਤੇ ਤੇਰੇ ਕੋਲ ਆਖਰੀ ਮੌਕਾ ਨਹੀਂ, ਬਾਬਾ ਖੜਕ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ, ਹਰਚੰਦ ਸਿੰਘ ਲੌਂਗੋਵਾਲ ਵਰਗੇ, ਜਥੇਦਾਰ ਤਲਵੰਡੀ ਵਰਗੇ, ਸੁਰਜੀਤ ਸਿੰਘ ਬਰਨਾਲਾ ਵਰਗੇ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਅਖੀਰ ਜਲਾਲਤ ਲੈ ਕੇ ਇੱਥੋਂ ਰੁਖਸਤ ਹੋਏ ਆ, ਉਹਨਾਂ ਦੀ ਕਤਾਰ 'ਚ ਸ਼ਾਮਿਲ ਹੋ ਜਾਏਗਾ। ਅਤੇ ਜੇ ਤੁਸੀਂ ਇਸ ਸਲਾਹ ਦੇ ਨਾਲ ਸਹਿਮਤ ਹੈਗੇ ਹੋ ਤਾਂ ਇਹ ਸਲਾਹ ਗਾਹਾਂ ਪਹੁੰਚਦੀ ਕਰ ਦਿਓ, ਸ਼ੇਅਰ ਕਰ ਦਿਓ। ਜੇ ਤੁਹਾਨੂੰ ਲੱਗਦਾ ਕਿ ਸਿੱਖ ਸੰਸਥਾਵਾਂ ਦਾ ਬਚਣਾ ਸਿੱਖਾਂ ਦੀ ਹੋਂਦ ਲਈ ਜ਼ਰੂਰੀ ਆ।